ਡਿਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਦੀਪ ਸੰਦੀਪ। ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਜਗਜੀਤ ਸੰਧੂ ਔਰ ਭੋਲਾ ਅਤੇ ਫਿਲਮ ਡਾਇਰੈਕਟਰ ਵਰਿੰਦਰ ਰਾਮਗੜੀਆ, ਜਿਨ੍ਹਾਂ ਦੀ ਕਿ ਫਿਲਮ ਓਏ ਭੋਲੇ ਹਾਲ ਹੀ ਦੇ ਦਿਨਾਂ ਦੇ ਵਿੱਚ ਰਿਲੀਜ਼ ਹੋਈ ਹੈ, 16 ਤਰੀਕ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ, ਪਰ ਫਿਲਮ ਨੂੰ ਲੈ ਕੇ ਅਦਾਕਾਰ ਅਤੇ ਡਾਇਰੈਕਟਰ ਨੇ ਜਿਹੜੇ ਅੜਿੱਕੇ ਦੇ ਵਿੱਚ ਫਸ ਗਏ ਨੇ, ਕਸੂਤੇ ਫਸ ਗਏ ਨੇ। ਦਰਅਸਲ ਈਸਾਈ ਭਾਈਚਾਰੇ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਕੁਝ ਸੀਨ ਆਉਂਦੇ ਨੇ ਜਿਸ ਦੇ ਵਿੱਚ ਈਸਾਈ ਭਾਈਚਾਰੇ ਦਾ ਨਿਰਾਦਰ ਕੀਤਾ ਗਿਆ। ਫਿਲਮ ਦੇ ਵਿੱਚ ਉਹਨਾਂ ਦਾ ਜਿਹੜੀ ਹੌਲੀ ਸਪਿਰਿਟ ਹੈ, ਜਿਸ ਨੂੰ ਪਵਿੱਤਰ ਆਤਮਾ ਦੀ ਗੱਲ ਕੀਤੀ ਜਾਂਦੀ ਹੈ, ਉਸ ਨੂੰ ਵੀ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਅਤੇ ਅਜਿਹੇ ਸੀਨ ਨੂੰ ਜਿਹੜਾ ਸੈਂਸਰ ਬੋਰਡ ਵੱਲੋਂ ਵੀ ਅੱਖੋਂ ਪਰੋਖੇ ਕਰਕੇ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਇਸ ਨੂੰ ਚੱਲਦੇ ਹੋਏ ਈਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਜਲੰਧਰ ਦੇ ਥਾਣੇ ਦੇ ਵਿੱਚ ਫਿਲਮ ਨੂੰ ਲੈ ਕੇ FIR ਜਿਹੜੀ ਦਰਜ ਕਰਵਾਈ ਗਈ ਹੈ। ਵੱਡਾ ਵਿਰੋਧ ਕੀਤਾ ਜਾ ਰਿਹਾ, ਭਾਰੀ ਵਿਰੋਧ ਕੀਤਾ ਜਾ ਰਿਹਾ। ਦੱਸ ਦਈਏ ਕਿ 295 ਵਰਗੀਆਂ ਧਾਰਾ ਜਿਹੜੀਆਂ ਜੋੜੀਆਂ ਗਈਆਂ ਨੇ। ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਅਦਾਕਾਰ ਅਤੇ ਡਾਇਰੈਕਟਰ ਦਾ ਕੀ ਬਿਆਨ ਆਉਂਦਾ, ਕਿਉਂਕਿ ਹਾਲ ਹੀ ਦੇ ਦਿਨਾਂ ਵਿੱਚ ਜਿਹੜੀ ਫਿਲਮ ਹੈ ਰਿਲੀਜ਼ ਹੋਈ ਹੈ, 16 ਤਰੀਕ ਨੂੰ ਫਿਲਮ ਰਿਲੀਜ਼ ਹੋਈ ਸੀ। ਫਿਲਮ ਦੀ ਵੱਡੇ ਲੈਵਲ 'ਤੇ ਜਿਹੜੀ ਪ੍ਰਮੋਸ਼ਨ ਕੀਤੀ ਗਈ ਸੀ ਫਿਲਮ ਨੂੰ ਲੈ ਕੇ, ਇਹ ਦੱਸਿਆ ਗਿਆ ਸੀ ਕਿ ਫਿਲਮ ਆ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ, ਪੰਜਾਬ ਦੀ ਗੱਲ ਕਰਦੀ ਹੈ ਕਿ ਕਿਵੇਂ ਜਿਹੜੇ ਬਿਲਡਰ ਨੇ, ਜਿਹੜੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਵਾਲੇ ਨੇ, ਉਹਨਾਂ ਨੇ ਕਿਵੇਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਫਿਲਮ ਦੇ ਵਿੱਚ ਕੁਝ ਅਜਿਹਾ ਵੀ ਹੈ, ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਈਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਹੌਲੀ ਸਪਿਰਿਟ ਹੈ, ਜਿਸ ਨੂੰ ਉਹ ਪਵਿੱਤਰ ਆਤਮਾ ਦੀ ਗੱਲ ਕਰਦੇ ਨੇ, ਉਸ ਸੀਨ ਨੂੰ ਗਲਤ ਢੰਗ ਦੇ ਨਾਲ, ਉਸ ਗੱਲਾਂ ਨੂੰ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਅਤੇ ਨਿਰਾਦਰ ਕੀਤਾ ਗਿਆ, ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਰੋਹ ਹੈ, ਉਹਨਾਂ ਦੇ ਵਿੱਚ ਗੁੱਸਾ ਹੈ ਕਿ ਫਿਲਮ ਦੇ ਵਿੱਚ ਜਿਹੜਾ ਅਜਿਹਾ ਜਾਣ ਬੁੱਝ ਕੇ ਹੀ ਕੀਤਾ ਗਿਆ, ਕਿਉਂਕਿ ਈਸਾਈ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਫਿਲਮ ਦੇ ਟ੍ਰੇਲਰ ਵਿੱਚ ਵੀ ਕੁਝ ਅਜਿਹਾ ਦਿਖਾਇਆ ਗਿਆ ਸੀ ਕਿ ਕਿਵੇਂ ਜਿਹੜਾ ਈਸਾਈ ਭਾਈਚਾਰਾ ਉਹ ਜੋ ਆਪਣੀ ਆਤਮਾ ਨੂੰ ਲੈ ਕੇ ਜਾਂ ਹੌਲੀ ਸਪਿਰਿਟ ਨੂੰ ਲੈ ਕੇ ਕਰਦਾ, ਉਸ ਨੂੰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਜੋ ਮਜ਼ਾਕੀਆ ਢੰਗ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਦਿਖਾਇਆ ਗਿਆ, ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਗੁੱਸਾ ਸੀ, ਉਹਨਾਂ ਦੇ ਵਿੱਚ ਰੋਹ ਸੀਗਾ, ਕਿਉਂਕਿ ਫਿਲਮ ਆ ਜਿਹੜੀ ਕਾਫੀ ਚਰਚਾ ਦੇ ਵਿੱਚ ਹੈ, ਫਿਲਮ ਵੱਡੇ ਪੱਧਰ 'ਤੇ ਜਿਹੜੀ ਚਾਰੇ ਪਾਸੇ ਚੱਲ ਰਹੀ ਹੈ, ਪਰ ਫਿਲਮ ਦੇ ਵਿੱਚ ਜਿਹੜਾ ਈਸਾਈ ਭਾਈਚਾਰਾ ਉਸਨੂੰ ਲੱਗਿਆ ਹੈ ਕਿ ਉਸਦਾ ਕਹਿਣਾ ਵੀ ਹੈ ਕਿ ਜਿਹੜਾ ਫਿਲਮ ਦੇ ਵਿੱਚ ਉਸਨੂੰ ਸਹੀ ਢੰਗ ਦੇ ਨਾਲ ਨਹੀਂ ਦਿਖਾਇਆ ਗਿਆ, ਜਿਹੜੀ ਉਹਨਾਂ ਦਾ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਗਿਆ, ਧਾਰਮਿਕ ਭਾਵਨਾਵਾਂ ਨੂੰ ਹਰਟ ਕੀਤਾ ਗਿਆ। ਇਸ ਨੂੰ ਲੈ ਕੇ ਜਿਹੜਾ ਥਾਣੇ ਦੇ ਵਿੱਚ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ, ਅਤੇ ਹੁਣ ਦੇਖਣਾ ਹੋਵੇਗਾ ਕਿ ਆਖਿਰ ਕੀ ਕਾਰਵਾਈ ਹੁੰਦੀ ਹੈ। ਜਗਜੀਤ ਸੰਧੂ ਉਰਫ ਭੋਲਾ, ਜਿਹੜਾ ਫਿਲਮ ਦਾ ਮੁੱਖ ਨਾਇਕ ਅਤੇ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਵਰਿੰਦਰ ਰਾਮਗੜੀਆ 'ਤੇ। ਡਿਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਦੀਪ ਸੰਦੀਪ। ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਜਗਜੀਤ ਸੰਧੂ ਉਰਫ ਭੋਲਾ ਅਤੇ ਫਿਲਮ ਡਾਇਰੈਕਟਰ ਵਰਿੰਦਰ ਰਾਮਗੜੀਆ, ਜਿਨ੍ਹਾਂ ਦੀ ਕਿ ਫਿਲਮ ਓਏ ਭੋਲੇ ਹਾਲ ਹੀ ਦੇ ਦਿਨਾਂ ਦੇ ਵਿੱਚ ਰਿਲੀਜ਼ ਹੋਈ ਹੈ, 16 ਤਰੀਕ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ, ਪਰ ਫਿਲਮ ਨੂੰ ਲੈ ਕੇ ਅਦਾਕਾਰ ਅਤੇ ਡਾਇਰੈਕਟਰ ਨੇ ਜਿਹੜੇ ਅੜਿੱਕੇ ਦੇ ਵਿੱਚ ਫਸ ਗਏ ਨੇ, ਕਸੂਤੇ ਫਸ ਗਏ ਨੇ। ਦਰਅਸਲ ਈਸਾਈ ਭਾਈਚਾਰੇ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਫਿਲਮ ਦੇ ਵਿੱਚ ਕੁਝ ਸੀਨ ਆਉਂਦੇ ਨੇ ਜਿਸ ਦੇ ਵਿੱਚ ਈਸਾਈ ਭਾਈਚਾਰੇ ਦਾ ਨਿਰਾਦਰ ਕੀਤਾ ਗਿਆ। ਫਿਲਮ ਦੇ ਵਿੱਚ ਉਹਨਾਂ ਦਾ ਜਿਹੜੀ ਹੌਲੀ ਸਪਿਰਿਟ ਹੈ, ਜਿਸ ਨੂੰ ਪਵਿੱਤਰ ਆਤਮਾ ਦੀ ਗੱਲ ਕੀਤੀ ਜਾਂਦੀ ਹੈ, ਉਸ ਨੂੰ ਵੀ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਅਤੇ ਅਜਿਹੇ ਸੀਨ ਨੂੰ ਜਿਹੜਾ ਸੈਂਸਰ ਬੋਰਡ ਵੱਲੋਂ ਵੀ ਅੱਖੋਂ ਪਰੋਖੇ ਕਰਕੇ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਇਸ ਨੂੰ ਚੱਲਦੇ ਹੋਏ ਈਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਜਲੰਧਰ ਦੇ ਥਾਣੇ ਦੇ ਵਿੱਚ ਫਿਲਮ ਨੂੰ ਲੈ ਕੇ FIR ਜਿਹੜੀ ਦਰਜ ਕਰਵਾਈ ਗਈ ਹੈ। ਵੱਡਾ ਵਿਰੋਧ ਕੀਤਾ ਜਾ ਰਿਹਾ, ਭਾਰੀ ਵਿਰੋਧ ਕੀਤਾ ਜਾ ਰਿਹਾ। ਦੱਸ ਦਈਏ ਕਿ 295 ਵਰਗੀਆਂ ਧਾਰਾ ਜਿਹੜੀਆਂ ਜੋੜੀਆਂ ਗਈਆਂ ਨੇ। ਦੇਖਣਾ ਹੋਵੇਗਾ ਕਿ ਇਸ ਨੂੰ ਲੈ ਕੇ ਅਦਾਕਾਰ ਅਤੇ ਡਾਇਰੈਕਟਰ ਦਾ ਕੀ ਬਿਆਨ ਆਉਂਦਾ, ਕਿਉਂਕਿ ਹਾਲ ਹੀ ਦੇ ਦਿਨਾਂ ਵਿੱਚ ਜਿਹੜੀ ਫਿਲਮ ਹੈ ਰਿਲੀਜ਼ ਹੋਈ ਹੈ, 16 ਤਰੀਕ ਨੂੰ ਫਿਲਮ ਰਿਲੀਜ਼ ਹੋਈ ਸੀ। ਫਿਲਮ ਦੀ ਵੱਡੇ
ਲੈਵਲ 'ਤੇ ਜਿਹੜੀ ਪ੍ਰਮੋਸ਼ਨ ਕੀਤੀ ਗਈ ਸੀ ਫਿਲਮ ਨੂੰ ਲੈ ਕੇ, ਇਹ ਦੱਸਿਆ ਗਿਆ ਸੀ ਕਿ ਫਿਲਮ ਆ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ, ਪੰਜਾਬ ਦੀ ਗੱਲ ਕਰਦੀ ਹੈ ਕਿ ਕਿਵੇਂ ਜਿਹੜੇ ਬਿਲਡਰ ਨੇ, ਜਿਹੜੀਆਂ ਵੱਡੀਆਂ ਬਿਲਡਿੰਗਾਂ ਬਣਾਉਣ ਵਾਲੇ ਨੇ, ਉਹਨਾਂ ਨੇ ਕਿਵੇਂ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ, ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਫਿਲਮ ਦੇ ਵਿੱਚ ਕੁਝ ਅਜਿਹਾ ਵੀ ਹੈ। ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਈਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਹੈ ਕਿ ਉਹਨਾਂ ਦੀ ਜਿਹੜੀ ਹੌਲੀ ਸਪਿਰਿਟ ਹੈ, ਜਿਸ ਨੂੰ ਉਹ ਪਵਿੱਤਰ ਆਤਮਾ ਦੀ ਗੱਲ ਕਰਦੇ ਨੇ, ਉਸ ਸੀਨ ਨੂੰ ਗਲਤ ਢੰਗ ਦੇ ਨਾਲ, ਉਸ ਗੱਲਾਂ ਨੂੰ ਗਲਤ ਢੰਗ ਦੇ ਨਾਲ ਦਰਸਾਇਆ ਗਿਆ ਅਤੇ ਨਿਰਾਦਰ ਕੀਤਾ ਗਿਆ, ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਰੋਹ ਹੈ, ਉਹਨਾਂ ਦੇ ਵਿੱਚ ਗੁੱਸਾ ਹੈ ਕਿ ਫਿਲਮ ਦੇ ਵਿੱਚ ਜਿਹੜਾ ਅਜਿਹਾ ਜਾਣ ਬੁੱਝ ਕੇ ਹੀ ਕੀਤਾ ਗਿਆ, ਕਿਉਂਕਿ ਈਸਾਈ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਫਿਲਮ ਦੇ ਟ੍ਰੇਲਰ ਵਿੱਚ ਵੀ ਕੁਝ ਅਜਿਹਾ ਦਿਖਾਇਆ ਗਿਆ ਸੀ ਕਿ ਕਿਵੇਂ ਜਿਹੜਾ ਈਸਾਈ ਭਾਈਚਾਰਾ ਉਹ ਜੋ ਆਪਣੀ ਆਤਮਾ ਨੂੰ ਲੈ ਕੇ ਜਾਂ ਹੌਲੀ ਸਪਿਰਿਟ ਨੂੰ ਲੈ ਕੇ ਕਰਦਾ, ਉਸ ਨੂੰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਜੋ ਮਜ਼ਾਕੀਆ ਢੰਗ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਦਿਖਾਇਆ ਗਿਆ, ਜਿਸ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਗੁੱਸਾ ਸੀ, ਉਹਨਾਂ ਦੇ ਵਿੱਚ ਰੋਹ ਸੀਗਾ, ਕਿਉਂਕਿ ਫਿਲਮ ਆ ਜਿਹੜੀ ਕਾਫੀ ਚਰਚਾ ਦੇ ਵਿੱਚ ਹੈ, ਫਿਲਮ ਵੱਡੇ ਪੱਧਰ 'ਤੇ ਜਿਹੜੀ ਚਾਰੇ ਪਾਸੇ ਚੱਲ ਰਹੀ ਹੈ, ਪਰ ਫਿਲਮ ਦੇ ਵਿੱਚ ਜਿਹੜਾ ਈਸਾਈ ਭਾਈਚਾਰਾ ਉਸਨੂੰ ਲੱਗਿਆ ਹੈ ਕਿ ਉਸਦਾ ਕਹਿਣਾ ਵੀ ਹੈ ਕਿ ਜਿਹੜਾ ਫਿਲਮ ਦੇ ਵਿੱਚ ਉਸਨੂੰ ਸਹੀ ਢੰਗ ਦੇ ਨਾਲ ਨਹੀਂ ਦਿਖਾਇਆ ਗਿਆ, ਜਿਹੜੀ ਉਹਨਾਂ ਦਾ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਗਿਆ, ਧਾਰਮਿਕ ਭਾਵਨਾਵਾਂ ਨੂੰ ਹਰਟ ਕੀਤਾ ਗਿਆ, ਇਸ ਨੂੰ ਲੈ ਕੇ ਜਿਹੜਾ ਥਾਣੇ ਦੇ ਵਿੱਚ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ। ਅਤੇ ਹੁਣ ਦੇਖਣਾ ਹੋਵੇਗਾ ਕਿ ਆਖਿਰ ਕੀ ਕਾਰਵਾਈ ਹੁੰਦੀ ਹੈ। ਜਗਜੀਤ ਸੰਧੂ ਉਰਫ ਭੋਲਾ ਜਿਹੜਾ ਫਿਲਮ ਦਾ ਮੁੱਖ ਨਾਇਕ ਅਤੇ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਵਰਿੰਦਰ ਰਾਮਗੜੀਆ 'ਤੇ